ਪੰਜਾਬੀ 뮤직 ਇੰਡਸਟਰੀ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਹੁਣ ਜਿਹੜਾ ਵਾ SYL ਸਿੱਧੂ ਮੂਸੇ ਵੱਲੋਂ ਗਾਇਆ ਗਾਣਾ ਜਿਹੜਾ ਵਾ ਚਰਚਾ ਦਾ ਵਿਸ਼ਾ ਫਿਰ ਬਣ ਚੁੱਕਾ ਹੈ ਕਿ ਇੱਕ ਨਾਮਵਰ ਪੰਜਾਬੀ ਗਾਇਕ ਕੁਲਵਿੰਦਰ ਬਿੱਲੇ ਵੱਲੋਂ ਜਿਹੜਾ ਵਾ ਫਿਰ ਕੋਈ ਕੰਟਰੋਵਰਸ਼ੀਅਲ ਜਿਹੜੀ ਆ ਸਟੇਟਮੈਂਟ ਜਿਹੜੀ ਆ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦਿੱਤੀ ਗਈ ਆ ਅਤੇ ਜਦੋਂ ਉਸ ਨੂੰ ਕੁਝ ਪੱਤਰਕਾਰਾਂ ਨੇ ਸਵਾਲ ਕੀਤਾ ਕੁਲਵਿੰਦਰ ਬਿੱਲੇ ਨੂੰ ਜਦੋਂ ਸਵਾਲ ਕੀਤਾ ਕਿ SYL ਸਿੱਧੂ ਮੂਸੇ ਵਾਲਾ ਜੀ ਦਾ ਗਾਣਾ ਰਿਲੀਜ਼ ਹੋਇਆ ਹੈ ਉਸਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤਾਂ ਕੁਲਵਿੰਦਰ ਬਿੱਲੇ ਨੇ ਇੱਕ ਬਹੁਤ ਹੀ ਜਿਹੜੀ ਆ ਕੰਟਰੋਵਰਸ਼ੀਅਲ ਸਟੇਟਮੈਂਟ ਅੱਗੋਂ ਦਿੱਤੀ ਅਤੇ ਉਹਨਾਂ ਕਿਹਾ ਕਿ ਹੋਇਆ ਹੋਊਗਾ ਬਟ ਮੇਰੀ ਅੱਜ ਫਿਲਮ ਰਿਲੀਜ਼ ਹੋਣ ਵਾਲੀ ਹੈ ਸੋ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਇਸ ਸਟੇਟਮੈਂਟ ਨੂੰ ਲੈ ਕੇ ਸਿੱਧੂ ਮੂਸੇ ਵਾਲੇ ਦੇ ਵੱਡੀ ਗਿਣਤੀ ਦੇ ਵਿੱਚ ਜੇ ਉਹ ਫੈਨਸ ਹਨ ਉਹਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਤਮਾਮ ਰਾਜਨੀਤਿਕਾਂ ਨੂੰ ਵਰਲਡ ਲੈਵਲ 'ਤੇ ਪੰਜਾਬੀ ਭਾਈਚਾਰੇ ਨੂੰ ਪਤਾ ਹੈ ਕਿ SYL ਗਾਣੇ ਦੇ ਵਿੱਚ ਕੀ ਹੈ ਅਤੇ SYL ਗਾਣੇ ਦੇ ਨਾਲ ਜੁੜੇ ਮੁੱਦਿਆਂ ਦੀ ਅਸਲੀਅਤ ਕੀ ਹੈ ਪਰ ਕੁਲਵਿੰਦਰ ਬਿੱਲੇ ਨੂੰ ਇਹ ਨਹੀਂ ਪਤਾ ਵੀ SYL ਗਾਣੇ ਦੇ ਵਿੱਚ ਕੀ ਹੈ ਜਦਕਿ ਇਹ ਪੰਜਾਬੀ ਸਿੰਗਰ ਹੈ ਅਤੇ ਪੰਜਾਬ ਦੇ ਲੋਕਾਂ ਦੇ ਵਿੱਚ ਹੀ ਜਾ ਕੇ ਇਹ ਆਪਣੇ ਗਾਣੇ ਗਾ ਕੇ ਆਪਦੀ ਜਿਹੜੀ ਆ ਕਮਾਈ ਕਰਦਾ ਹੈ ਅਤੇ ਪੰਜਾਬੀ ਲੋਕ ਹੀ ਇਸ ਨੂੰ ਪਿਆਰ ਕਰਦੇ ਹਨ ਪਰ ਇਸ ਨੂੰ ਪੰਜਾਬ ਦੇ ਮੁੱਦਿਆਂ ਦਾ ਹੀ ਨਹੀਂ ਪਤਾ ਕਿ ਪੰਜਾਬ ਦੇ ਮੁੱਦੇ ਕੀ ਹਨ ਜਦਕਿ ਜੇ ਗੱਲ ਕਰਾਂ ਤਾਂ ਪੰਜਾਬੀ ਗਾਇਕ ਪੰਜਾਬ ਦੇ ਰਾਜ ਗਾਇਕ ਰਹੇ ਹੰਸਰਾਜ ਹੰਸ ਜੀ ਵੱਲੋਂ ਵੀ ਇਸ ਗਾਣੇ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ ਗਿਆ ਸੀ ਕਿ ਪੁਰਾਣੇ ਮੁੱਦਿਆਂ ਨੂੰ ਉਜਾਗਰ ਨਾ ਕੀਤਾ ਜਾਏ ਅਤੇ ਇਹ ਗਾਣਾ ਰਿਲੀਜ਼ ਨਾ ਕੀਤਾ ਜਾਏ ਜਦਕਿ ਇਸ ਤੋਂ ਇਲਾਵਾ ਹੋਰ ਵੀ ਪੰਜਾਬੀ ਸਿੰਗਰਾਂ ਵੱਲੋਂ ਇਸ ਗਾਣੇ ਨੂੰ ਲੈ ਕੇ ਆਪਣੇ ਵੱਖ ਵੱਖ ਪ੍ਰਤੀਕਰਮ ਦਿੱਤੇ ਗਏ ਹਨ ਇਸ ਤੋਂ ਇਲਾਵਾ ਜੇ ਰਾਜਨੀਤਿਕਾਂ ਦੀ ਗੱਲ ਕਰੀਏ ਤਾਂ ਪੰਜਾਬ ਪੱਖੀ ਕੁਝ ਰਾਜਨੀਤਿਕ ਜਿਵੇਂ ਸੁਖਪਾਲ ਖਹਿਰਾ ਹੋ ਗਏ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆ ਮਨਪ੍ਰੀਤ ਆਲੀ ਹੋ ਗਏ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਪ੍ਰਗਟ ਸਿੰਘ ਕਾਂਗਰਸੀ ਵਿਧਾਇਕ ਜਿਹੜੇ ਨੇ ਉਹ ਹੈਗੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਦਾ ਗਾਣਾ ਹੈ ਉਹਨਾਂ ਦੀ ਡੈਡੀਕੇਸ਼ਨ ਹੈ ਉਹਨਾਂ ਦੀ ਸੋਚ ਹੈ ਪਰ ਰਾਜਨੀਤਿਕ ਲੋਕ ਇਸ ਗਾਣੇ ਨੂੰ ਲੈ ਕੇ ਕੋਈ ਵੀ ਕੰਟਰੋਵਰਸ਼ੀਅਲ ਤਾਂ ਵਿਰੋਧ ਕਰਨ ਤੋਂ ਗੁਰੇਜ਼ ਕਰਦੇ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾਏਗਾ ਜੇਕਰ ਰਾਜਨੀਤਿਕ ਸਟੇਟਮੈਂਟ ਵੀ ਇਸ ਗਾਣੇ ਦੇ ਵਿਰੁੱਧ ਆਉਂਦੀਆਂ ਹਨ ਪਰ ਪੰਜਾਬੀ ਗਾਇਕ ਜਿਹੜੀ ਆ ਆਪਣੀ ਫਿਲਮ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਜਦਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਸ ਨੂੰ ਕੋਈ ਚਿੰਤਾ ਨਹੀਂ ਹੈ ਕੁਲਵਿੰਦਰ ਬਿੱਲੇ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੇ ਹੋਏ ਹੋਰ ਮੁੱਦਿਆਂ ਨੂੰ ਲੈ ਕੇ ਅਤੇ ਪੰਜਾਬੀ ਫਿਲਮੀ ਦੁਨੀਆ ਨੂੰ ਲੈ ਕੇ ਹੋਰ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਅਪਡੇਟਸ ਸਾਂਝੀਆਂ ਕਰਦਾ ਰਹਾਂਗਾ ਇਸ ਵੋਇਸ ਓਵਰ ਦੇ ਰਾਹੀਂ ਅਤੇ ਇਸ ਵੀਡੀਓ ਗ੍ਰਾਫਿਕਸ ਦੇ ਰਾਹੀਂ ਜਦਕਿ ਜਿਹੜੀਆਂ ਮੈਂ ਪਰਸਨਲ ਮੋਟੀਵੇਸ਼ਨਲ ਸਟੋਰੀਜ਼ ਰਾਜਨੀਤਿਕ ਇਸ਼ੂਆਂ ਦੇ ਉੱਤੇ ਸੋਸ਼ਲ ਇਸ਼ੂਜ਼ ਦੇ ਉੱਤੇ ਜਿਹੜੀ ਗੱਲਬਾਤ ਆ ਮੈਂ ਵੀਡੀਓ ਦੇ ਵਿੱਚ ਆ ਕੇ ਸਾਹਮਣੇ ਤੁਹਾਡੇ ਨਾਲ ਰੂਬਰੂ ਹੁੰਦਾ ਰਹਾਂਗਾ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲੋ।